ਕਿਸਾਨੀ ਅੰਦੋਲਨ ਦਾ ਤੀਜਾ ਦਿਨ ਹੈ। ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ, ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਅਤੇ ਟਰਾਲੀਆਂ ਮੌਜੂਦ ਹੈ। ਔਰ ਇਸ ਲੰਬੀ ਕਤਾਰਾਂ 'ਚ ਟਰਾਲੀਆਂ ਦੀ ਜਿੱਥੇ ਲੰਗਰ ਦੀ ਚਾਹ ਦੀ ਵੱਖ ਵੱਖ ਤਰੀਕੇ ਦੀ ਸੇਵਾ ਹੈ, ਉੱਥੇ ਹੀ ਜਿਹੜੇ ਕਿਸਾਨ ਇੱਥੇ ਆ ਰਹੇ ਨੇ ਜਾਂ ਕੋਈ ਵੀ ਇੱਥੇ ਅੰਦੋਲਨ 'ਚ ਜਾਂ ਕਿਸਾਨਾਂ ਕੋਲ ਪਹੁੰਚ ਰਿਹਾ ਹੈ ਬੈਰੀਗੇਟਿੰਗ ਤੋਂ ਪਹਿਲਾਂ, ਤਾਂ ਉਸ ਖਨੌਰੀ ਬਾਰਡਰ 'ਤੇ ਮੈਡੀਕਲ ਸੇਵਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਬਕਾਇਦਾ ਦੋ ਗੱਡੀਆਂ ਤੁਸੀਂ ਦੇਖੋ, ਐਂਬੂਲੈਂਸ, ਐਮਰਜੈਂਸੀ 24 ਘੰਟੇ, RO ਟੀਮ, ਟਿੱਕਰੀ ਬਾਰਡਰ, ਇਹ ਟਿੱਕਰੀ ਬਾਰਡਰ ਵੀ ਪਹਿਲਾਂ ਮੌਜੂਦ ਸੀਗੇ, ਇਹੀ ਐਂਬੂਲੈਂਸ ਗੱਡੀ। ਔਰ ਇਹ ਵੱਖ ਵੱਖ ਥਾਵਾਂ 'ਤੇ ਵੀ ਜਦੋਂ ਅੰਦੋਲਨ ਨਹੀਂ ਹੁੰਦਾ ਤਾਂ ਸੇਵਾ ਮੈਡੀਕਲ ਤੌਰ 'ਤੇ ਕੀਤੀ ਜਾਂਦੀ ਹੈ, ਔਰ ਇੱਥੇ ਖਨੌਰੀ ਬਾਰਡਰ 'ਤੇ ਮੈਡੀਕਲ ਸਹੂਲਤ ਲਈ ਸੇਵਾ ਕੀਤੀ ਜਾ ਰਹੀ ਹੈ। ਔਰ ਇਹ ਵੱਖ ਵੱਖ ਮੁੰਡਿਆਂ ਦੀ ਟੀਮ ਹੈ ਵੱਖ ਵੱਖ ਪਿੰਡਾਂ ਤੋਂ ਜੋ ਇੱਥੇ ਮੈਡੀਕਲ ਸੇਵਾ ਦੇ ਰਹੇ ਨੇ ਜੀ। ਕੀ ਨਾਂ ਹੈ ਤੁਹਾਡਾ ਜੀ, ਕਿਹੜੇ ਪਿੰਡ? ਮੇਰਾ ਨਾਮ ਬਲਵਿੰਦਰ ਸਿੰਘ ਹੈ ਵੀਰ ਜੀ, ਪਿੰਡ ਮੇਰਾ ਗੜਦਿਆਣੀ ਹੈ। ਇਹ ਸੇਵਾ ਬਾਈ ਮਨਿੰਦਰ ਲਦਾਲ ਵੱਲੋਂ, ਪਹਿਲਾਂ ਉਹਨਾਂ ਨੇ ਹਰਿਆਣਾ ਪੁਲਿਸ ਦੀ ਨੌਕਰੀ ਸੀ, ਪਹਿਲਾਂ ਵਾਲੇ ਧਰਨੇ ਦੇ ਵਿੱਚ ਪੁਲਿਸ ਦੀ ਨੌਕਰੀ ਛੱਡ ਕੇ ਉਹਨਾਂ ਨੇ ਸੇਵਾ ਚਲਾਈ ਸੀ ਆਪਣੀ। ਟਿੱਕਰੀ ਬਾਰਡਰ 'ਤੇ ਲਗਾਤਾਰ ਪਹਿਲਾਂ RO ਪਾਣੀ ਦੀ ਸੇਵਾ ਚੱਲੀ ਹੈ, ਅਤੇ ਹੁਣ ਨਾਲ ਬਾਈ ਆਪਣੀ ਮੈਡੀਕਲ ਦੀ ਸੇਵਾ ਚੱਲ ਰਹੀ ਹੈ। ਹਾਂਜੀ, ਨਹੀਂ ਉਹ ਮਨਿੰਦਰ ਬਾਈ ਜੀ ਅੱਜ ਹਾਜ਼ਰ ਨਹੀਂ ਹੋਏ ਉਰੇ, ਹਾਂ ਉਹ ਆਪਦੇ ਕੰਮ 'ਤੇ। ਹੁਣ ਕਿਹੜੀ ਕਿਹੜੀ ਸਹੂਲਤ ਦੇ ਰਹੇ ਹੋ? ਜਿਵੇਂ ਮੈਂ ਦੇਖ ਰਿਹਾ ਦਵਾਈਆਂ ਪਈਆਂ ਹੈ ਜਾਂ ਫਸਟ ਏਡ ਪਈ ਹੈ, ਪੱਟੀ ਪਈ ਹੈ, ਮਤਲਬ ਕਿਸੇ ਨੂੰ ਜੇ ਚੋਟ ਲੱਗਦੀ ਹੈ। ਔਰ ਕਿੰਨੇ ਕੁ ਮਰੀਜ਼ ਆ ਰਹੇ ਨੇ ਤੁਹਾਡੇ ਕੋਲ, ਕਿਹਦੇ ਕਿਸ ਤਰੀਕੇ ਦੇ ਮਰੀਜ਼? ਅੱਜ ਵੈਸੇ ਮਾਹੌਲ ਸ਼ਾਂਤ ਰਿਹਾ ਬਾਈ, ਕੱਲ੍ਹ ਬਹੁਤ ਜ਼ਿਆਦਾ ਜ਼ਖਮੀ ਹੋਏ ਆ। ਇੱਥੋਂ ਜਾਂਦੇ ਹਾਂ ਅਸੀਂ ਆਪਣਾ ਪਾਤੜਾ ਹੋਸਪਿਟਲ ਸਰਕਾਰੀ, ਜਾਂ ਕਈ ਵਾਰੀ ਜਦੋਂ ਜ਼ਿਆਦਾ ਇੰਜਰੀ ਇਫੈਕਟ ਹੋ ਜਾਏ ਕਿਸੇ, ਤਾਂ ਫਿਰ ਪਟਿਆਲੇ ਵੀ ਲੈ ਕੇ ਜਾਂਦੇ ਮਰੀਜ਼ਾਂ ਨੂੰ। ਹਰ ਇੱਕ ਦੇ ਧੂਆ ਬਾਈ ਅੱਖਾਂ 'ਚ ਬਹੁਤ ਜ਼ਿਆਦਾ ਡਿਸਟਰਬ ਕਰਦਾ। ਤੁਸੀਂ ਫਸਟ ਏਡ ਕੀ ਦਿੰਦੇ ਹੋ ਫਿਰ ਜਦੋਂ ਕੋਈ ਆ ਜਾਂਦਾ ਜ਼ਖਮੀ, ਤਾਂ ਫਸਟ ਏਡ ਕੀ? ਉਹਨਾਂ ਸਾਡੇ ਨਾਲ ਵੀਰ ਜੀ, ਅਸੀਂ ਤਾਂ ਦੇਖੋ ਡਾਕਟਰਾਂ ਦੀ ਟੀਮ ਆ ਸਾਡੇ ਨਾਲ, ਉਹ ਜਿਵੇਂ ਵੀ ਉਹ ਦਿੰਦੇ ਅਸੀਂ ਨਾਲ ਉਹਨਾਂ ਦੀ ਹੈਲਪ ਵਾਸਤੇ ਆ ਨਾਲ। ਤਾਂ ਤੁਸੀਂ ਦੇਖੋ ਜਿਵੇਂ ਇਹਨਾਂ ਨੇ ਹੱਥਾਂ 'ਚ ਦਸਤਾਨੇ ਵੀ ਪਾ ਕੇ, ਗਲਵਸ ਪਾ ਕੇ, ਤੁਸੀਂ ਇਹ ਗਲਵਸ ਇਸੇ ਕਰਕੇ ਕਿ ਕਿਸੇ ਨੂੰ ਕੋਈ ਇਨਫੈਕਸ਼ਨ ਨਾ ਹੋਵੇ? ਹਾਂਜੀ ਸਰ। ਜਦੋਂ ਤੁਹਾਡੇ ਕੋਲ ਕੋਈ ਆਉਂਦਾ ਕੀ ਫਸਟ ਏਡ ਦਿੰਦੇ ਹੋ? ਫਸਟ ਏਡ ਸਾਰਾ, ਜਿਵੇਂ ਕਿਸੇ ਨੂੰ ਇੰਜਲੀ ਹੋਵੇ ਜਿਹੜਾ ਇੱਥੇ ਸਾਥੋਂ ਇਲਾਜ ਮਹੀਆ ਕਰਾਇਆ ਜਾਂਦਾ, ਕੋਈ ਛੋਟੀ ਮੋਟੀ ਇੰਜਲੀ ਦੀ ਪੱਟੀ ਵਗੈਰਾ, ਅਸੀਂ ਉਰੇ ਕਰ ਦਿੰਦੇ ਹਾਂ। ਜੇ ਕਿਸੇ ਦੇ ਜ਼ਿਆਦਾ ਸੱਟ ਹੋਵੇ, ਆਪਣੀ ਐਂਬੂਲੈਂਸ ਖੜੀ ਹੈ, ਉਹਨੂੰ ਇੱਥੋਂ ਪਾਤੜਾ ਹੋਸਪਿਟਲ ਲੈ ਜਾਂਦਾ, ਉੱਥੋਂ ਜੇ ਕੋਈ ਜ਼ਿਆਦਾ ਹੋਵੇ ਤਾਂ ਉਹਨੂੰ ਮਤਲਬ ਪਟਿਆਲਾ ਰੈਫਰ ਕਰ ਦਿੰਦਾ। ਜਿੰਨਾ ਦਵਾਈਆਂ ਜਿੰਨੀ ਇੱਥੇ ਫਸਟ ਏਡ ਮਤਲਬ ਉਰੇ ਜ਼ਰੂਰਤ ਹੁੰਦੀ ਆ, ਉਹ ਆਪਣੇ ਕੋਲ ਸਾਰਾ ਪ੍ਰਬੰਧ ਹੈਗਾ। ਫਸਟ ਏਡ ਕਰਕੇ ਅੱਗੇ? ਹਾਂ ਹਾਂਜੀ ਹਾਂਜੀ। ਦਵਾਈਆਂ ਕਿਹੜੀ ਕਿਹੜੀ ਪਈਆਂ, ਹੋਰ ਕਿਹੜੇ ਕਿਸ ਤਰੀਕੇ ਦੇ ਮਰੀਜ਼ ਆ ਰਹੇ ਨੇ ਜਾਂ ਕਿਆ ਦਿੱਕਤ ਉਰੇ ਹੋ ਰਹੀ ਹੈ? ਜ਼ਿਆਦਾਤਰ ਅੱਖਾਂ, ਗਲਾ, ਖੰਘ, ਜਿਵੇਂ ਉਹ ਬੰਬ ਚੱਲੇ ਸੀ ਆਸੂ ਗੈਸ ਵਾਲੇ, ਉਹਨਾਂ ਨੇ ਇਨਫੈਕਸ਼ਨ ਬਹੁਤ ਜ਼ਿਆਦਾ ਕਰਤੀ ਸੀਗੀ। ਹਾਂਜੀ, ਉਹਨਾਂ ਦਾ ਸਾਰਾ ਟ੍ਰੀਟਮੈਂਟ ਹੈਗਾ। ਹਾਂ, ਬੁਖਾਰ, ਸਿਰ ਦਰਦ, ਅੱਖਾਂ, ਗਲ ਪੀੜ ਬਹੁਤ ਜ਼ਿਆਦਾ ਹੈ ਜੀ। ਆਪਣੇ ਕੋਲ ਸਾਰਾ ਇਲਾਜ ਹੈਗਾ ਜੀ, ਉਰੇ ਐਂਟੀਬਾਇਓਟਿਕ, ਹਾਂਜੀ ਹਾਂਜੀ ਸਾਰਾ ਹੈਗਾ। ਕਿੰਨੇ ਜਣੇ ਹੋ ਤੁਸੀਂ ਫਿਰ, ਕਿਵੇਂ, ਕਿਉਂਕਿ ਤੁਸੀਂ ਸਵੇਰ ਤੇ ਸ਼ਾਮ ਤੱਕ ਤਾਂ ਤੁਸੀਂ ਵੀ ਥੱਕ ਜਾਂਦੇ ਹੋਣੇ, ਤਾਂ ਹੋਰ ਵੀ ਨਾਲ ਕੋਈ ਮਦਦ ਕਰਦਾ ਹੈ ਜਿੱਦਾਂ ਟੀਮ ਬਦਲ ਕੇ ਸ਼ਫਲ ਕਰਦੇ ਹੋ? ਹਾਂ ਸਰ, ਸਾਡੀ ਟੀਮ ਬਣੀ ਹੋਈ ਹੈ ਬਹੁਤ ਮੁੰਡਿਆਂ ਦੀ, ਤੇ ਬਾਕੀ ਉਰੋ ਆਪਣੇ ਖਨੌਰੀ ਤੋਂ ਆ ਮੈਡੀਕਲ ਵਾਲੇ ਬਾਈ ਨੇਗੇ, ਤੇ ਇਹਨਾਂ ਦਾ ਆਪਾਂ ਨੂੰ ਪੂਰਾ ਸਹਿਯੋਗ ਆ। ਆਪਣੇ ਨਾਲ ਰਾਇਕੇ ਕਲਾਂ ਦੀ ਟੀਮ ਹੈ, ਗੰਡੂਆਂ ਦੀ ਟੀਮ ਹੈ, ਬਰੇ ਸਾਹਿਬ ਦੀ ਟੀਮ ਹੈ, ਅਸੀਂ ਮੰਨ ਲਓ 10-15 ਪਿੰਡਾਂ ਦੇ ਮੁੰਡੇ ਆ ਬਾਈ, ਜਿਵੇਂ ਅੱਜ ਅਸੀਂ ਬਰੇ ਵਾਲੇ ਤੇ ਰਾਇਕੇ ਕਲਾਂ ਵਾਲੇ ਜਾਂ 1-2 ਪਿੰਡਾਂ ਦੇ ਹੋਰ ਆਏ ਹੋਏ ਆ, ਕੱਲ ਨੂੰ ਦੂਜਿਆਂ ਦੀ ਵਾਰੀ ਹੋਣੀ ਹੈ ਨਾ। ਰਾਤ ਵੀ ਬੈਠਦੇ ਜਿੱਦਾਂ 12-1 ਵਜੇ ਤੱਕ, ਜਿੰਨਾ ਤੱਕ ਵੀਰ ਜੀ ਆਪਣਾ ਮਾਹੌਲ ਸ਼ਾਂਤ ਨਹੀਂ ਹੁੰਦਾ ਉਹਨਾਂ ਤੱਕ ਆਪਾਂ ਉਰੇ ਡਿਊਟੀ 'ਤੇ ਹਾਜ਼ਰ ਹਾਂ। ਸਵੇਰੇ ਵੀਰ ਜੀ ਅਸੀਂ 8 ਵਜੇ ਉਰੇ ਆਪਣੀਆਂ ਦੋਨੋਂ ਗੱਡੀਆਂ ਆ ਜਾਂਦੇ। ਤੁਸੀਂ ਪਹਿਲੇ ਦਿਨ ਹੀ ਆ ਗਏ ਸੀ ਕੱਲ ਆਏ? ਪਹਿਲੇ ਦਿਨ ਵੀਰ ਜੀ, ਪਹਿਲੇ ਦਿਨ। ਇੱਕ ਗੱਲ ਵੀਰੇ ਹੋਰ ਵੀ ਆ, ਹੋਰ ਮੈਡੀਕਲ ਵਾਲਿਆਂ ਨੂੰ ਵੀ ਚਾਹੀਦਾ, ਜਿਵੇਂ ਆਹ ਬਾਈ ਆ ਜਿਹੜਾ ਸਾਡੇ ਨਾਲ, ਆਹ ਮੁੰਡਾ ਇਹ ਮੈਡੀਕਲ ਤੋਂ ਆ ਰਿਹਾ ਸਾਡੇ ਕੋਲ,
ਕੱਲ ਵੀ ਆਇਆ, ਸਾਰਾ ਦਿਨ ਸੇਵਾ ਕਰਾ ਕੇ ਗਿਆ। ਇਹ ਰੋਖਣੌਰੀ ਮੈਡੀਕਲ ਤੇ ਲੱਗਿਆ ਹੋਇਆ ਮੁੰਡਾ, ਆਪਣੇ ਨਾਲ ਇਹ ਸੇਵਾ ਕਰਾ ਰਿਹਾ, ਉਰੇ ਦਵਾਈਆਂ ਵੀ ਇਹ ਲੈ ਕੇ ਆਇਆ ਮੁੰਡਾ, ਤੇ ਹੋਰ ਨੂੰ ਵੀ ਚਾਹੀਦਾ ਵੀ ਜਿਵੇਂ ਇਹ ਬਾਈ ਸੇਵਾ ਕਰ ਰਹੇ ਨੇ ਉਰੇ, ਤੇ ਹੋਰ ਮੈਡੀਕਲ ਵਾਲੇ ਵੀ ਆ ਕੇ ਨਾ ਉਰੇ ਲੋਕਲ ਨੂੰ ਮਦਦ ਕਰਨੀ ਚਾਹੀਦੀ ਆ। ਇਹ ਬਾਈ ਦਾ ਬਹੁਤ ਸਾਥ ਆ, ਕੱਲ ਇਹਨਾਂ ਦੇ ਨਾਲ ਦੇ ਹੋਰ ਵੀ ਆਏ ਸੀਗੇ ਮੁੰਡੇ, ਤੇ ਅੱਜ ਇਹ ਕੱਲਾ ਆਇਆ ਗਾ ਉਰੇ ਮੁੰਡਾ। ਹਾਂਜੀ, ਤਾਂ ਇਹ ਤੁਸੀਂ ਦੇਖੋ ਮੈਡੀਕਲ ਸੇਵਾ, ਹਰ ਤਰੀਕੇ ਦੀ ਦਵਾਈ, ਤਾਂ ਕਿ ਕਿਸੇ ਨੂੰ ਕੋਈ ਐਸੀਡਿਟੀ ਹੁੰਦੀ ਹੈ ਜਾਂ ਬੁਖਾਰ ਹੈ ਜਾਂ ਕੋਈ ਐਲਰਜੀ ਹੈ, ਜੇ ਇੱਥੇ ਇਲਾਜ ਹੋ ਜਾਵੇ ਤਾਂ ਇੱਥੇ, ਨਹੀਂ ਤਾਂ ਉਸਨੂੰ ਫਸਟ ਏਡ ਦੇ ਕੇ ਅੱਗੇ ਭੇਜ ਦਿੱਤਾ ਜਾਂਦਾ, ਔਰ ਬਕਾਇਦਾ ਉਸ ਲਈ ਐਂਬੂਲੈਂਸ ਮੁਹੱਈਆ ਕਰਵਾਈ ਜਾਂਦੀ ਹੈ। ਕਿਸੇ ਤੇ ਜੇ ਅੱਗੇ ਵੀ ਰੈਫਰ ਕਰਨਾ ਹੋਵੇ ਤਾਂ ਕੋਈ ਖਰਚਾ ਕੋਈ ਦੰਦਾ ਵੀ ਹੋਵੇ ਤਾਂ? ਨਹੀਂ ਬਾਈ, ਸਾਰਾ ਕੁਛ ਵੀਰ ਜੀ ਆਪਣੇ ਕੋਲੋਂ ਹੈ। ਮੰਨ ਲਓ ਜੋ ਵੀ, ਮੰਨ ਲਓ ਕੱਲ ਇੱਕ ਦੋ ਟੈਂਕੇ ਟੂੰਕੇ ਲੱਗਿਆ, ਕਈ ਵਾਰੀ ਸਰਕਾਰੀ ਹਸਪੀਟਲ 'ਤੇ ਇੰਨਾ ਬਾਈ ਉਹਨਾਂ ਦਾ ਸਰਕਾਰ ਦਾ ਇੰਤਜ਼ਾਮ ਨਹੀਂ ਕੀਤਾ ਹੋਇਆ, ਜਿੰਨਾ ਉਹ ਕਹਿ ਰਹੇ ਆ। ਐਂਬੂਲੈਂਸ ਵੀ ਨਹੀਂ, ਅੱਜ ਅਸੀਂ ਲੈ ਕੇ ਗਏ ਮਰੀਜ਼ ਨੂੰ, ਉਹਨੂੰ ਅੰਧਰੰਗ ਦਾ ਥੋੜ੍ਹਾ ਅਟੈਕ ਆ ਗਿਆ ਬਾਬਾ ਜੀ ਸੀਗੇ, ਉੱਥੇ ਐਂਬੂਲੈਂਸ ਛੇਤੀ ਮਿਲੀ ਨਹੀਂ ਸਾਨੂੰ, ਠੀਕ ਹੈ ਨਾ ਜੀ। ਮੁਫ਼ਤ ਸੇਵਾ ਵੀਰ ਜੀ, ਸਾਰਾ ਆਪਦੇ ਲੋਕ ਪੈਸੇ ਲਾਉਂਦੇ ਹੈਗੇ, ਕਿਸੇ ਤੋਂ ਆਪਾਂ ਕੁਛ ਨਹੀਂ ਮੰਗਦੇ। ਬੈਠੋਂਗੇ ਕਦੋਂ ਤੱਕ ਉਰੇ? ਜਦੋਂ ਤੱਕ ਇਹ ਧਰਨਾ ਹੈ, ਜਦੋਂ ਤੱਕ? ਜਿੰਨਾ ਤੱਕ ਵੀਰ ਜੀ। ਤਾਂ ਇਹ ਤੁਸੀਂ ਦੇਖੋ ਮੈਡੀਕਲ ਸੇਵਾ ਜਿਹੜੀ ਹੈ ਉਹ ਸਹੂਲਤ ਦਿੱਤੀ ਜਾ ਰਹੀ ਹੈ, ਬਕਾਇਦਾ ਸੇਵਾ ਕੀਤੀ ਜਾ ਰਹੀ ਹੈ। ਜੋ ਵੀ ਪਰੇਸ਼ਾਨ ਆਉਂਦਾ ਜਾਂ ਕੋਈ ਮਰੀਜ਼ ਆਉਂਦਾ ਜਿਸ ਨੂੰ ਕੋਈ ਮੈਡੀਕਲ ਤੌਰ 'ਤੇ ਕੋਈ ਪਰੇਸ਼ਾਨੀ ਹੈ ਔਰ ਇੱਥੇ ਇਲਾਜ ਹੋ ਜਾਵੇ ਤਾਂ ਇੱਥੇ, ਨਹੀਂ ਤਾਂ ਫਸਟ ਏਡ ਦੇ ਕੇ ਅੱਗੇ ਉਸਨੂੰ ਹਸਪਤਾਲ ਲਈ ਭੇਜਿਆ ਜਾਂਦਾ ਹੈ। ਕੈਮਰਾਮੈਨ ਅਮਨਦੀਪ ਨਾਲ ਅਮਨ ਭਾਰਦਵਾਜ, ਨਿਊਜ਼ 18, ਖਨੌਰੀ ਬਾਰਡਰ।